मैं आंधी अमृतसर, तुम इलेक्शन की तैयारी करो, इस्तीफा दो अपने एमएलए शिप तो, ऐलान करो तो मैं आके लड़ दिया थोड़े को, तुम मेरे घरे नहीं आ सकते, मैं थोड़े घर आने तैयार हूं। आज ओपन चैलेंज सिद्धू साहब नो मेरे वालों, ऐलान करो, इस्तीफा दो, पार्लियामेंट की तैयारी करो, या बठिंडे आ जाओ या मैनू अमृतसर बुलाओ, मैनू चैलेंज मंजूर है। उन्होंने विक्रम ते सुखबीर ते बादल साहब नू तुसी की हराना, तुसी इस छोटे जे हरसिमरत नू ही हरा दियो, ओदे विच तुहाडी बड़ी शान हो जूगी, तां आ जाओ फिर। ਪਕੌੜੀ ਸਾਹਿਬ ਭੱਜਣਾ ਚਾਹੁੰਦੀ, ਪੁੱਛੋ ਕਿੰਨੀ ਵੋਟਾਂ ਦੀ ਜਿੱਤੀ ਪਿਛਲੀ ਵਾਰ, ਰਾਈਟ। ਮੈਂ ਇਹ ਬੱਚਿਆਂ ਵਾਲੀ ਰੇਸ 'ਚ ਨਹੀਂ ਪਿਆ ਕਦੇ, ਜੇ ਮੈਂ ਚੁਣੌਤੀ ਦਿੱਤੀ ਨਾ ਤੇ ਮੈਂ ਸੁੱਖੇ ਗੱਪੀ ਨੂੰ ਇਹ ਕਿਹਾ ਵੀ ਦੱਸ ਤੈਂ ਹੋਟਲ ਬਣਾਏ ਪੰਜਾਬ ਮਾਰ ਕੇ, ਜਦ ਤੇਰੀ ਸਰਕਾਰ ਆਈ ਤੈਂ 5-star ਹੋਟਲ ਪਾਇਆ, ਓਕੇ। ਤੇਰਾ ਭਰਾ ਇੱਕ ਵਾਰ MLA ਬਣਿਆ, ਹੈਂ, ਤੂੰ ਰੁੱਸ ਕੇ ਘਰੋਂ ਭੱਜੀ, ਉਹਨੂੰ ਮੰਤਰੀ ਬਣਾਤਾ। ਲੈ ਦੇਖ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਿਖਾ ਕੋਈ ਜਿਹੜਾ 5 ਵਾਰ ਨਾ ਜਿੱਤਿਆ ਹੋਇਆ ਹੋਵੇ, 5 ਵਾਰ ਤੋਂ ਘੱਟ ਜੇ ਕੋਈ MLA ਜਿੱਤਿਆ ਹੋਇਆ ਔਰ ਮੰਤਰੀ ਬਣ ਗਿਆ ਹੋਵੇ ਤਾਂ ਤੂੰ ਦੱਸ। ਫਿਰ ਤੁਸੀਂ 2 ਵਾਰ ਇਲੈਕਸ਼ਨ ਨਹੀਂ ਜਿੱਤੇ, ਡਾਕਟਰ ਰਤਨ ਸਿੰਘ ਜਨਾਲੇ ਨੂੰ 3 ਵਾਰ ਜਿੱਤਿਆ ਹੋਇਆ ਵੀ ਘਰੇ ਬਾਤ ਆ। ਨਵਜੋਤ ਸਿੰਘ ਸਿੱਧੂ ਨੂੰ ਇਹ ਕਿਹਾ ਕਿ ਜਾ ਨਵਜੋਤ ਸਿੰਘ ਸਿੱਧੂ ਜਾ ਕੇ ਚੰਡੀਗੜ੍ਹ ਇਲੈਕਸ਼ਨ ਲੜ, ਵੈਸਟ ਦਿੱਲੀ ਇਲੈਕਸ਼ਨ ਲੜ। ਕਿਉਂ ਲੜੇ ਨਵਜੋਤ ਸਿੰਘ ਸਿੱਧੂ? ਨਵਜੋਤ ਸਿੰਘ ਸਿੱਧੂ ਤਾਂ ਭਗੌੜਾ ਨਹੀਂ ਬਣਿਆ ਬੀਬੀ, ਤੂੰ ਬਣੇਗੀ, ਪੱਕੀ ਬਣੇਗੀ। ਔਰ ਤੇਰੀਆਂ ਇਹ ਗਿੱਦੜ ਭਪਕੀਆਂ 'ਚ ਨਹੀਂ ਮੈਂ ਆਉਣ ਵਾਲਾ। ਜਿਹੜਾ ਬੰਦਾ 6 ਵਾਰ ਜਿੱਦਾਂ ਨਾ ਉਹਦੇ 'ਚ ਹੰਕਾਰ ਨਹੀਂ ਹੁੰਦਾ, ਉਹ 'ਚ ਕਦੇ ਹੰਕਾਰ ਨਹੀਂ ਹੁੰਦਾ। ਉਹ ਕਹਿੰਦਾ ਪਹਿਲੀ ਵਾਰ ਸੈਲੀਬ੍ਰਿਟੀ ਜਿੱਤ ਗਿਆ, ਦੂਜੀ ਵਾਰ ਉਹਦਾ ਕੰਮ ਜਿੱਤ ਗਿਆ, ਤੀਜੀ ਵਾਰ ਉਹਦਾ ਕਿਰਦਾਰ ਜਿੱਤ ਗਿਆ, ਚੌਥੀ ਪੰਜਵੀਂ ਛੇਵੀਂ ਵਾਰ ਅੰਮ੍ਰਿਤਸਰ ਦਾ ਪਿਆਰ ਜਿੱਤ ਗਿਆ, ਅੰਮ੍ਰਿਤਸਰ ਦਾ ਵਿਸ਼ਵਾਸ ਜਿੱਤ ਗਿਆ। ਆ ਆ ਬੀਬੀ, ਬਣਾਵਾਂਗੇ ਤੇਰੀ ਜਲੇਬੀ।